ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪਲਵਿੰਦਰ ਸਿੰਘ ਸਰੰਗਲ, ਲਾਈਵ ਭਾਰਤ ਤੋਂ ਫਤਿਹਗੜ੍ਹ ਚੂੜੀਆਂ ਤੋਂ। ਅੱਜ ਤੁਹਾਨੂੰ ਲੈ ਕੇ ਆਏ ਹਾਂ ਫਤਿਹਗੜ੍ਹ ਚੂੜੀਆਂ ਦੀ ਦਾਣਾ ਮੰਡੀ ਵਿਖੇ, ਜਿੱਥੇ ਅੱਜ ਕਿਸਾਨਾਂ ਵੱਲੋਂ ਆਪਣੀ ਫਸਲ ਜਿਹੜੀ ਇਸ ਮੰਡੀ ਵਿੱਚ ਪਹੁੰਚਾਈ ਜਾ ਰਹੀ ਆ। ਇਸ ਫਸਲ ਦੀ ਕਿਸ ਤਰ੍ਹਾਂ ਪਰਚੇਜ ਹੋਏਗੀ ਜਾਂ ਕਿਸ ਤਰ੍ਹਾਂ ਇਹਨਾਂ ਨੂੰ ਬਾਰਦਾਨਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ, ਅੱਜ ਇਸ ਸੰਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਓਂਕਾਰ ਸਿੰਘ ਲਾਟੀ ਕੋਲੋਂ ਇਸ ਸੰਬੰਧੀ ਜਾਣਕਾਰੀ ਲਵਾਂਗੇ ਅਤੇ ਵੱਖ-ਵੱਖ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਇੱਥੇ ਆੜ੍ਹਤੀ ਵੀ ਪਹੁੰਚੇ ਹਨ, ਆੜ੍ਹਤੀਆਂ ਕੋਲੋਂ ਵੀ ਜਾਣਕਾਰੀ ਹਾਸਲ ਕਰਾਂਗੇ ਕਿ ਕਿਸਾਨਾਂ ਦੀ ਜੋ ਫਸਲ ਦੀ ਪੇਮੈਂਟ ਆ ਉਹ ਸੈਂਟਰ ਸਰਕਾਰ ਇਹ ਕਹਿ ਰਹੀ ਹੈ ਕਿ ਸਿੱਧੀ ਇਹਦੀ ਪੇਮੈਂਟ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਏਗੀ। ਇਸ ਸੰਬੰਧੀ ਵੀ ਆਪਾਂ ਜਾਣਕਾਰੀ ਹਾਸਲ ਕਰਾਂਗੇ ਕਿ ਕਿਸਾਨਾਂ ਦੀ ਜਿਹੜੀ ਫਸਲ ਦੀ ਪੇਮੈਂਟ ਆ ਉਹ ਕਿਸ ਤਰ੍ਹਾਂ ਪੈ ਰਹੀ ਹੈ। ਅਸੀਂ ਹੁਣ ਮਾਰਕੀਟ ਕਮੇਟੀ ਦੇ ਚੇਅਰਮੈਨ ਓਂਕਾਰ ਸਿੰਘ ਲਾਟੀ ਜੀ ਕੋਲੋਂ ਜ਼ਿਆਦਾ ਜਾਣਕਾਰੀ ਹਾਸਲ ਕਰਾਂਗੇ ਕਿ ਮੰਡੀ ਵਿੱਚ ਆ ਰਹੀ ਕਿਸਾਨਾਂ ਦੀ ਫਸਲ ਨੂੰ ਲੈ ਕੇ ਉਹਨਾਂ ਕੀ ਪੁਖਤਾ ਪ੍ਰਬੰਧ ਕੀਤੇ ਹਨ। ਇਹ ਵੀ ਜਾਣਕਾਰੀ ਹਾਸਲ ਕਰਾਂਗੇ ਕਿ ਸੈਂਟਰ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ ਸਿੱਧੀ ਪੇਮੈਂਟ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਬਾਰੇ ਗੱਲ ਕੀਤੀ ਗਈ ਸੀ, ਕੀ ਹੁਣ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਹੀ ਪੇਮੈਂਟ ਪਵੇਗੀ ਕਿ ਜਾਂ ਆੜ੍ਹਤੀਆਂ ਦੇ ਥਰੂ ਪਵੇਗੀ? ਮੇਰਾ ਪਹਿਲਾ ਸਵਾਲ ਆ ਚੇਅਰਮੈਨ ਸਾਹਿਬ ਕਿ ਮਾਰਕੀਟ ਕਮੇਟੀ ਵਿੱਚ ਜੋ ਕਿਸਾਨਾਂ ਦੀ ਫਸਲ ਆ ਰਹੀ ਹੈ, ਇਸ ਫਸਲ ਨੂੰ ਸਾਂਭ ਸੰਭਾਈ ਵਾਸਤੇ ਤੁਸੀਂ ਕੀ ਪੁਖਤਾ ਪ੍ਰਬੰਧ ਕੀਤੇ ਹਨ? ਜਿਹੜੀ ਫਸਲ ਜੀ ਸਾਡੇ ਮਾਰਕੀਟ ਕਮੇਟੀ ਫਤਿਹਗੜ੍ਹ ਚੂੜੀਆਂ ਮੰਡੀ 'ਚ ਆ ਰਹੀ ਆ, ਉਹਦੇ ਅਸੀਂ ਪੂਰੇ ਪ੍ਰਬੰਧ ਕੀਤੇ ਹੋਏ ਨੇ। ਬਾਰਦਾਨੇ ਦੀ ਸਾਡੇ ਕੋਲ ਕੋਈ ਘਾਟ ਨਹੀਂ, ਬਾਰਦਾਨਾ ਸਾਡੇ ਕੋਲ ਪਹੁੰਚ ਗਿਆ। ਏਜੰਸੀਆਂ ਜਿਹੜੀਆਂ ਨੇ, ਅੱਜ ਅਸੀਂ ਖਰੀਦ ਸ਼ੁਰੂ ਕਰਾਤੀ ਹੈ, 2 ਦਿਨ ਹੋ ਗਏ ਉਹਨਾਂ ਦੇ, ਅੱਜ ਫਿਰ ਚੱਲਣ ਡਿਆ ਵਾ। ਅਸੀਂ ਉਹਨਾਂ ਦੀ ਪੇਮੈਂਟ ਦਾ ਵੀ ਜਿਹੜਾ ਸਿੱਧੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ। ਅਸੀਂ ਉਹਨਾਂ ਨੂੰ ਪਾਸ ਇਸ਼ੂ ਕਰ ਰਹੇ ਹਾਂ, ਆੜ੍ਹਤੀਆਂ ਨੂੰ ਉਹ ਗਾੜੀ ਕਿਸਾਨਾਂ ਨੂੰ ਪਾਸ ਦਿੰਦੇ ਨੇ, ਉਹਦੀ ਬਦੌਲਤ ਉਹ ਜਿਹੜੇ ਜ਼ਿਮੀਂਦਾਰ ਨੇ ਉਹ ਮੰਡੀ 'ਚ ਦਾਣੇ ਲੈ ਕੇ ਆ ਰਹੇ ਨੇ। ਹਰ ਕਿਸਾਨ ਦਾ ਦਾਣਾ ਚੁੱਕਿਆ ਜਾਊਗਾ, ਕਿਸੇ ਕਿਸਾਨ ਨੂੰ ਕੋਈ ਵੀ ਤਕਲੀਫ ਨਹੀਂ ਹੋਣ ਦਿੱਤੀ ਜਾਊਗੀ। ਕੋਵਿਡ-19 ਨੂੰ ਲੈ ਕੇ ਅਸੀਂ ਸਾਰੇ ਪ੍ਰਬੰਧ ਕੀਤੇ ਹੋਏ ਨੇ, ਸੈਨੇਟਾਈਜ਼ਰ ਦਾ ਵੀ ਪ੍ਰਬੰਧ ਕੀਤਾ ਹੋਇਆ, ਮਾਸਕ ਵੀ ਅਸੀਂ ਰੱਖੇ ਨੇ ਵੀ ਕੋਈ ਵੀ ਆਦਮੀ ਮਾਸਕ ਲਾਉਣ ਤੋਂ ਬਗੈਰ ਨਾ ਜਾਵੇ। ਹਰ ਸਹੂਲਤ ਅਸੀਂ ਜਿੰਨੇ ਜੋ ਹੈਗੇ ਹਾਂ ਅਸੀਂ ਦੇਣੀ ਆ। ਸਾਡੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸਦਕਾ ਅਸੀਂ ਹਰ ਕਿਸਾਨ ਦਾ ਇੱਕ ਇੱਕ ਦਾਣਾ ਅਸੀਂ ਚੁੱਕਣਾ, ਉਹਨੂੰ ਖਰਾਬ ਨਹੀਂ ਹੋਣ ਦੇਣਾ। ਅਸੀਂ ਉਹਨਾਂ ਦੇ ਵਾਸਤੇ ਜਿਹੜੇ ਮੰਡੀ ਦੇ ਵਿੱਚ ਨੇ ਅਸੀਂ ਬਕਸੇ ਬਣਾਏ ਹੋਏ ਨੇ, ਜਿਸ ਬਕਸੇ ਵਿੱਚ ਉਹ ਆਪਣਾ ਦਾਣੇ ਉਤਾਰ ਸਕਦੇ ਨੇ। ਇਹ ਸਨ ਮਾਰਕੀਟ ਕਮੇਟੀ ਦੇ ਚੇਅਰਮੈਨ ਓਂਕਾਰ ਸਿੰਘ ਲਾਟੀ ਜੀ, ਜਿਨ੍ਹਾਂ ਬੜੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਕਿ ਮੰਡੀ ਵਿੱਚ ਕਿਸੇ ਤਰੀਕੇ ਦੀ ਵੀ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ। ਇੱਕ ਇੱਕ ਦਾਣਾ ਜਿਹੜਾ ਨਾ ਉਹ ਕਿਸਾਨਾਂ ਦਾ ਚੁੱਕਿਆ ਜਾਏਗਾ। ਪੇਮੈਂਟ ਬਾਰੇ ਉਹਨਾਂ ਗੱਲ ਕੀਤੀ ਕਿ ਕਿਸਾਨਾਂ ਨੂੰ ਪੇਮੈਂਟ ਸਿੱਧੀ ਜਿਹੜੀ ਆ ਉਹ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਏਗੀ। ਮੈਂ ਪਲਵਿੰਦਰ ਸਿੰਘ ਸਰੰਗਲ, ਮੇਰੇ ਸਹਿਯੋਗੀ ਸਾਥੀ ਡਾਕਟਰ ਬਿਕਰਮਜੀਤ ਸਿੰਘ, ਲਾਈਵ ਭਾਰਤ, ਫਤਿਹਗੜ੍ਹ ਚੂੜੀਆਂ।